ਸ਼ਰਾਰਤੀ ਅਨਸਰ ਘਰਾਂ ਦੇ ਬਾਹਰ ਖੜੇ ਇੱਕ ਨਹੀਂ ਸਗੋਂ 6-6 ਦੋ ਪਹੀਆ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਗਿਆ। ਜਿਸ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਇਸ ਵਾਰਦਾਤ ਨੂੰ ਕਰਦੇ ਹੋਏ ਸੀਸੀਟੀਵੀ 'ਚ ਨਜ਼ਰ ਆ ਰਿਹਾ। ਫਿਲਹਾਲ ਜਿਨ੍ਹਾਂ ਲੋਕਾਂ ਦੇ ਵਾਹਨਾਂ ਨੂੰ ਸ਼ਰਾਰਤੀ ਅਨਸਰ ਨੇ ਅੱਗ ਦੇ ਹਵਾਲੇ ਕੀਤਾ, ਉਹਨਾਂ ਦਾ ਕਹਿਣਾ ਕਿ ਜਦੋਂ ਉਹ ਘਰ ਦੇ ਵਿੱਚ ਸੁੱਤੇ ਪਏ ਸਨ ਤਾਂ ਤੜਕੇ ਕਰੀਬ 3 ਵਜੇ ਉਹਨਾਂ ਦੇ ਵਾਹਨਾਂ ਨੂੰ ਅੱਗ ਲੱਗੀ ਹੋਈ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਅੱਗ ਤੇ ਕਾਬੂ ਪਾਇਆ। ਉਹਨਾਂ ਨੇ ਦੱਸਿਆ ਕਿ ਇਸ ਅੱਗ ਦੇ ਕਾਰਨ 2 ਐਕਟਿਵਾ, ਸਕੂਟਰ, 3 ਮੋਟਰਸਾਈਕਲ ਅਤੇ 1 ਮੋਟਰਸਾਈਕਲ ਰੇਡੀ ਸੜ ਗਏ ਨੇ ਅਤੇ ਇਸ ਸੰਬੰਧੀ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ। ਇਹ ਘਟਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਤੇ ਵਾਲੀ ਤੋਂ ਸਾਹਮਣੇ ਆਈ ਹੈ ਤੇ ਜਿਨ੍ਹਾਂ ਦੇ ਵਾਹਨ ਸੜੇ ਨੇ ਉਹ ਪ੍ਰਵਾਸੀ ਮਜ਼ਦੂਰ ਨੇ। ਅੱਜ ਸਵੇਰੇ 3 ਵਜੇ ਸਾਡੇ ਘਰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਾ ਕੇ ਮੋਟਰਸਾਈਕਲਾਂ ਸਾੜ ਕੇ ਰੱਖਤਾ। ਜਦ ਸਾਨੂੰ ਪਤਾ ਲੱਗਿਆ, ਅਸੀਂ ਹਫੜੇ ਤਫੜੀ 'ਚ ਅੱਗ ਬੁਝਾਇਆ। ਪਿੱਛੋਂ ਬੰਦਾ ਮੋਟਰਸਾਈਕਲ 'ਤੇ ਕੋਈ ਬੰਦਾ ਉਹਨੂੰ ਲੈ ਕੇ ਫਰਾਰ ਹੋ ਗਿਆ। ਸਾਨੂੰ ਇੰਨਾ ਮੌਕਾ ਨਹੀਂ ਮਿਲਿਆ ਜੀ ਅਸੀਂ ਫੜ ਸਕੇ ਬੰਦੇ ਨੂੰ ਅਤੇ ਅੱਗ ਬੁਝਾਉਣ 'ਚ। ਅਸੀਂ ਕਾਨੂੰਨੀ ਸਰਕਾਰ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਮੁਆਵਜ਼ਾ ਜਾਇਜ਼। ਕੀ ਕੁਛ ਫੂਕਿਆ ਗਿਆ ਇਸਦੇ ਵਿੱਚ? ਇਹਦੇ ਵਿੱਚ 4 ਮੋਟਰਸਾਈਕਲਾਂ ਨੇ, 2 ਸਕੂਟਰੀਆਂ ਨੇ ਸਾਡੇ। ਇਹ ਜਲ ਕੇ ਮਤਲਬ ਸੁਆਹ ਹੋ ਗਿਆ, ਅੱਧੇ ਤੋਂ ਜ਼ਿਆਦਾ ਸੁਆਹ ਹੋ ਗਿਆ। ਕਿੰਨੇ ਕੁ ਬੰਦੇ ਆਏ ਸੀਗੇ? ਬੰਦੇ ਇੱਕ ਘਰੇ ਇੱਕ ਆਇਆ ਤਾ ਘਰੇ ਅੱਗ ਲਾਉਣ ਲਈ, ਬਾਕੀ ਇੱਕ ਬੰਦਾ ਉਹਨੂੰ ਮੋਟਰਸਾਈਕਲ ਤੋਂ ਰੋਡ ਤੋਂ ਲੈ ਗਿਆ। ਸੁਬਹ ਮੇ ਹਮ ਲੋਕ ਸਾਰੇ ਆਦਮੀ ਘਰ ਮੇ ਸੋਏ ਥੇ, ਕਮਰਾ ਲਗਾ ਕਰ ਆਇਆ, ਫਿਰ ਇੱਕ ਆਦਮੀ ਆਇਆ, ਫਿਰ ਅੱਗ ਲਗਾ ਲਿਆ, 2 ਸਕੂਟਰੀ ਮੇ ਅੱਗ ਲਗਾ ਦਿਆ, 3 ਮੋਟਰਸਾਈਕਲ ਮੇ ਲਗਾ ਦਿਆ, ਇੱਕ ਰੇੜੀ ਹੈ ਉਸ ਮੇ ਵੀ ਲਗਾ ਦਿਆ, ਔਰ ਇੱਕ ਬੰਦਾ ਲਗਾ ਕੇ 2 ਬੰਦਾ ਆਇਆ ਥੇ ਸਕੂਟਰੀ ਮੇ ਲਗਾਇਆ, 2 ਸਕੂਟਰੀ ਮੇ ਫਿਰ ਲਗਾ ਕਰ, ਫਿਰ 2 ਇੱਕ ਬੰਦਾ ਆਇਆ, ਫਿਰ ਗਾੜੀ ਪੇ ਬਿਠਾ ਕਰ ਫਿਰ ਲੈ ਗਏ। ਅਸੀਂ ਹਮ ਗਰੀਬ ਬੰਦੇ ਹਾਂ, ਮਜ਼ਦੂਰੀ ਵਾਲੇ ਬੰਦੇ ਹੈ, ਹਮ ਲੋਕ ਗਰੀਬ ਬੰਦੇ ਹਾਂ, ਗਾੜੀ ਮੰਗ ਲਗਾ ਕੇ ਫਿਰ ਚਲੀ ਗਏ। ਕਿਆ ਮੰਗ ਕਰਤੇ? ਹਮ ਇਨਸਾਫ ਮੰਗਤੇ ਹੈ, ਹਮ ਲੋਗ ਇਨਸਾਫ ਚਾਹੀਏ, ਹਮ ਲੋਗ ਕੋ ਮਦਦ ਚਾਹੀਏ। ਸ਼ਰਾਰਤੀ ਅਨਸਰ ਘਰਾਂ ਦੇ ਬਾਹਰ ਖੜੇ ਇੱਕ ਨਹੀਂ ਸਗੋਂ 6-6 ਦੋ ਪਹੀਆ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਗਿਆ। ਜਿਸ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹ ਇਸ ਵਾਰਦਾਤ ਨੂੰ ਕਰਦੇ ਹੋਏ ਸੀਸੀਟੀਵੀ 'ਚ ਨਜ਼ਰ ਆ ਰਿਹਾ। ਫਿਲਹਾਲ ਜਿਨ੍ਹਾਂ ਲੋਕਾਂ ਦੇ ਵਾਹਨਾਂ ਨੂੰ ਸ਼ਰਾਰਤੀ ਅਨਸਰ ਨੇ ਅੱਗ ਦੇ ਹਵਾਲੇ ਕੀਤਾ, ਉਹਨਾਂ ਦਾ ਕਹਿਣਾ ਕਿ ਜਦੋਂ ਉਹ ਘਰ ਦੇ ਵਿੱਚ ਸੁੱਤੇ ਪਏ ਸਨ ਤਾਂ ਤੜਕੇ ਕਰੀਬ 3 ਵਜੇ ਉਹਨਾਂ ਦੇ ਵਾਹਨਾਂ ਨੂੰ ਅੱਗ ਲੱਗੀ ਹੋਈ ਸੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਬੜੀ ਹੀ ਮੁਸ਼ਕਿਲ ਦੇ ਨਾਲ ਅੱਗ ਤੇ ਕਾਬੂ ਪਾਇਆ। ਉਹਨਾਂ ਨੇ ਦੱਸਿਆ ਕਿ ਇਸ ਅੱਗ ਦੇ ਕਾਰਨ 2 ਐਕਟਿਵਾ, ਸਕੂਟਰ, 3 ਮੋਟਰਸਾਈਕਲ ਅਤੇ 1 ਮੋਟਰਸਾਈਕਲ ਰੇਡੀ ਸੜ ਗਏ ਨੇ ਅਤੇ ਇਸ ਸੰਬੰਧੀ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ। ਇਹ ਘਟਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਤੇ ਵਾਲੀ ਤੋਂ ਸਾਹਮਣੇ ਆਈ ਹੈ ਤੇ ਜਿਨ੍ਹਾਂ ਦੇ ਵਾਹਨ ਸੜੇ ਨੇ ਉਹ ਪ੍ਰਵਾਸੀ ਮਜ਼ਦੂਰ ਨੇ। ਅੱਜ ਸਵੇਰੇ 3 ਵਜੇ ਸਾਡੇ ਘਰ ਕਿਸੇ ਅਣਪਛਾਤੇ ਵਿਅਕਤੀ ਨੇ ਅੱਗ ਲਾ ਕੇ ਮੋਟਰਸਾਈਕਲਾਂ ਸਾੜ ਕੇ ਰੱਖਤਾ। ਜਦ ਸਾਨੂੰ ਪਤਾ ਲੱਗਿਆ, ਅਸੀਂ ਹਫੜੇ ਤਫੜੀ 'ਚ ਅੱਗ ਬੁਝਾਇਆ। ਪਿੱਛੋਂ ਬੰਦਾ ਮੋਟਰਸਾਈਕਲ 'ਤੇ ਕੋਈ ਬੰਦਾ ਉਹਨੂੰ ਲੈ ਕੇ ਫਰਾਰ ਹੋ ਗਿਆ। ਸਾਨੂੰ ਇੰਨਾ ਮੌਕਾ ਨਹੀਂ ਮਿਲਿਆ ਜੀ ਅਸੀਂ ਫੜ ਸਕੇ ਬੰਦੇ ਨੂੰ ਅਤੇ ਅੱਗ ਬੁਝਾਉਣ 'ਚ।
ਅਸੀਂ ਕਾਨੂੰਨੀ ਸਰਕਾਰ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਮੁਆਵਜ਼ਾ ਜਾਇਜ਼। ਕਲੀ ਕੁਛ ਫੁੱਕਿਆ ਗਿਆ ਇਸ ਦੇ ਵਿੱਚ? ਇਹਦੇ ਵਿੱਚ 4 ਮੋਟਰਸਾਈਕਲਾਂ ਨੇ, 2 ਸਕੂਟਰੀਆਂ ਨੇ ਸਾਡੇ, ਇਹ ਜਲ ਕੇ ਮਤਲਬ ਸੁਆਹ ਹੋ ਗਿਆ, ਅੱਧੇ ਤੋਂ ਜ਼ਿਆਦਾ ਸੁਆਹ ਹੋ ਗਿਆ। ਕਿੰਨੇ ਕੁ ਬੰਦੇ ਆਏ ਸੀਗੇ? ਬੰਦੇ ਇੱਕ ਘਰੇ ਅੱਗ ਲਾ, ਇੱਕ ਆਇਆ ਤਾਂ ਘਰੇ ਅੱਗ ਲਾਉਣ ਲਈ, ਬਾਕੀ ਇੱਕ ਬੰਦਾ ਉਹਨੂੰ ਮੋਟਰਸਾਈਕਲ ਤੋਂ ਰੋਡ ਤੋਂ ਲੈ ਗਿਆ ਪਜਾ ਕੇ। ਹਾਂ, 3 ਵਜੇ ਸਵੇਰ ਮੇਂ ਹਮ ਲੋਗ ਸਾਰੇ ਆਦਮੀ ਘਰ ਮੇਂ ਸੋਏ ਹੋਏ ਥੇ, ਕਮਰਾ ਲਗਾ ਕਰ ਆਇਆ, ਫਿਰ ਇੱਕ ਆਦਮੀ ਆਇਆ, ਫਿਰ ਅੱਗ ਲਗਾ ਲਿਆ, 2 ਸਕੂਟਰੀ ਮੇਂ ਅੱਗ ਲਗਾ ਦਿਆ, 3 ਮੋਟਰਸਾਈਕਲ ਮੇਂ ਲਗਾ ਦਿਆ, ਇੱਕ ਰੇਹੜੀ ਹੈ ਉਸ ਮੇਂ ਲਗਾ ਦਿਆ, ਔਰ ਇੱਕ ਬੰਦਾ ਲਗਾ ਕੇ, 2 ਬੰਦਾ ਆਇਆ ਥੇ ਸਕੂਟਰੀ ਮੇਂ ਲਗਾਇਆ, 2 ਸਕੂਟਰੀ ਮੇਂ ਫਿਰ ਲਗਾ ਕਰ, ਫਿਰ 2 ਇੱਕ ਬੰਦਾ ਆਇਆ, ਫਿਰ ਗਾੜੀ ਤੇ ਬਿਠਾ ਕਰ ਫਿਰ ਲੈ ਗਏ। ਅਸੀਂ ਹਮ ਗਰੀਬ ਬੰਦੇ ਹਾਂ, ਮਜ਼ਦੂਰੀ ਵਾਲੇ ਬੰਦੇ ਹੈ, ਹਮ ਲੋਕ ਗਰੀਬ ਬੰਦੇ ਹਾਂ, ਗਾੜੀ ਮੰਗ ਲਗਾ ਕੇ ਫਿਰ ਚਲੀ ਗਏ। ਕਿਆ ਮੰਗ ਕਰਤੇ? ਹਮ ਇਨਸਾਫ ਮੰਗਤੇ ਹੈ, ਹਮ ਲੋਕ ਇਨਸਾਫ ਚਾਹੀਏ, ਹਮ ਲੋਕ ਕੋ ਮਦਦ ਚਾਹੀਏ।